ਪੰਜਾਬ ਸਰਕਾਰ ਵੱਲੋਂ ਘਰ ਘਰ ਨੌਕਰੀ ਦੇ ਪ੍ਰੋਗਰਾਮ ਤਹਿਤ ਪੂਰੇ ਪੰਜਾਬ ਅੰਦਰ ਰੋਜ਼ਗਾਰ ਮੇਲੇ ਲਾਏ ਜਾ ਰਹੇ ਨੇ। ਇਸੇ ਲੜੀ ਦੇ ਤਹਿਤ ਜ਼ਿਲ੍ਹਾ ਨਵਾਂਸ਼ਹਿਰ ਦੀ ITI ਗਰਾਊਂਡ ਵਿੱਚ ਨਵਾਂਸ਼ਹਿਰ ਦੇ DC ਵਿਨੇ ਬਬਲਾਨੀ ਦੀ ਅਗਵਾਈ ਵਿੱਚ ਰੋਜ਼ਗਾਰ ਮੇਲਾ ਲਾਇਆ ਗਿਆ, ਜਿੱਥੇ ਕਿ ਨਵਾਂਸ਼ਹਿਰ ਅਤੇ ਹੋਰ ਵੱਖ ਵੱਖ ਥਾਵਾਂ ਤੋਂ ਨੌਕਰੀ ਦੇ ਚਾਹਵਾਨ ਮੁੰਡੇ ਅਤੇ ਕੁੜੀਆਂ ਨੌਕਰੀ ਅਪਲਾਈ ਕਰਨ ਲਈ ਪਹੁੰਚੇ। ਇਸ ਮੌਕੇ ਲਗਭਗ 47 ਦੇ ਕਰੀਬ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਨੌਜਵਾਨਾਂ ਦੀ ਇੰਟਰਵਿਊ ਲਈ ਗਈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਲਈ ਬੈਂਕਾਂ ਤੋਂ ਲੋਨ ਲੈਣ ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਫਾਰਮ ਵੀ ਭਰੇ ਗਏ। ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਅੱਜ ITI ਦੇ ਵਿੱਚ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਔਰ ਇਸ ਮੇਲੇ ਦੇ ਵਿੱਚ ਅਸੀਂ ਪਿਛਲੇ ਤਕਰੀਬਨ 2-2.5 ਮਹੀਨਿਆਂ ਦੇ ਵਿੱਚ ਲਗਾਤਾਰ ਮੀਟ ਕਰ ਰਹੇ ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਗਵਰਨਮੈਂਟ ਦੇ ਲਈ ਜੋ ਟਾਰਗੇਟ ਸਿਸਟਮ ਬਣਾਇਆ ਕਿ ਵੀ ਅਸੀਂ ਵੱਧ ਤੋਂ ਵੱਧ ਇਹ 'ਚ ਕੰਮ ਕਰਨਾ ਹੈ ਔਰ ਇੱਕ ਮੋਨੀਟਰਿੰਗ ਮਕੈਨਿਜ਼ਮ ਬਣਾਇਆ ਹੈ ਕਿ ਡਿਪਟੀ ਕਮਿਸ਼ਨਰ ਨੂੰ ਨਿੱਜੀ ਪੱਧਰ 'ਤੇ ਇਹ ਸਾਰੀ ਚੀਜ਼ ਨੂੰ ਮੋਨੀਟਰ ਕਰਨਗੇ ਔਰ ਇਹਦੇ ਵਿੱਚ CO ਲਗਾਏ ਹੋਏ ਨੇ ODC ਸੋ ਉਹਦੇ 'ਚ ਅਸੀਂ ਇਹ ਪ੍ਰੋਗਰਾਮ ਨੂੰ ਸਕਸੈਸਫੁਲ ਕਰਨ ਵਾਸਤੇ ਤੁਸੀਂ ਦੇਖਿਆ ਕਿ ਬਹੁਤ ਮਾਤਰਾ ਦੇ ਵਿੱਚ ਬੱਚੇ ਆਏ ਹੋਏ ਨੇ, ਦੂਰੋਂ ਦੂਰੋਂ ਪਿੰਡਾਂ ਵਿੱਚੋਂ ਬੱਚੇ ਆਏ ਨੇ, ਉਹਨਾਂ ਦੀ ਕਨਵੀਨੀਅੰਸ ਵਾਸਤੇ ਅਸੀਂ ਇੱਕ ਸਿਸਟਮ ਬਣਾਇਆ ਹੈ ਕਿ ਪਿੰਡ ਪਿੰਡ ਮੈਸੇਜ ਕਨਵੇ ਕਰਨਾ, ਪਿੰਡਾਂ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਜਾਗਰੂਕ ਕਰਨਾ, ਫਿਰ ਉਹਨਾਂ ਨੂੰ ਇੱਥੇ ਬੁਲਾਉਣਾ ਕਿਉਂਕਿ ਵੱਡਾ ਸਬਜੈਕਟ ਹੈ ਔਰ ਉਹਦੇ ਨਾਲ ਬੱਚੇ ਅੱਜ ਕਾਫੀ ਮਾਤਰਾ ਵਿੱਚ ਇੱਥੇ ਆਏ ਹੋਏ ਨੇ। ਉਹਦੇ ਨਾਲ ਨਾਲ ਫਿਰ ਕੰਪਨੀਆਂ ਨਾਲ ਟਾਈ ਅਪ ਕਰਨਾ, ਵੱਖ ਵੱਖ ਲੋਨ ਜਿਹੜੇ ਦਿੰਦੇ ਨੇ ਅਦਾਰੇ, ਬੈਂਕ ਹੋ ਗਏ, ਕੋਆਪਰੇਟਿਵ ਸੁਸਾਇਟੀ ਹੋ ਗਈਆਂ, ਜਿਵੇਂ ਤੁਸੀਂ ਪਿੱਛੇ ਦੇਖੋਗੇ ਸਾਰਾ ਕੁਝ ਚੰਗੀ ਤਰ੍ਹਾਂ ਦਾ ਪ੍ਰਕਾਸ਼ਿਤ ਕੀਤਾ ਹੋਇਆ ਹੈ ਔਰ ਅਸੀਂ ਅੱਜ ਲੋਨ ਦੀਆਂ ਲੈਟਰਸ ਵੀ ਵੰਡੀਆਂ। ਤਾਂ ਇਹ ਦੋ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਕਿ ਜਿਹੜੇ ਬੱਚਾ ਸੈਲਫ ਇੰਪਲਾਇਮੈਂਟ ਲੈਣਾ ਚਾਹੁੰਦਾ ਉਹ ਬੱਚਾ ਆਪਣਾ ਲੋਨ ਲਈ ਅਪਲਾਈ ਕਰੇਗਾ ਤਾਂ ਉਹਦੇ ਦਸਤਾਵੇਜ਼ ਕੰਪਲੀਟ ਹੋਣ ਔਰ ਉਹ ਦਸਤਾਵੇਜ਼ ਜਿਹੜੇ ਹੈਗੇ ਕੰਪਲੀਟ ਹੋਣ ਤੋਂ ਬਾਅਦ ਬੈਂਕ ਜਿਹੜਾ ਹੈਗਾ ਉਹ ਲੋਨ ਦੇਣ। ਉਸ ਪਰਪਸ ਲਈ ਜਿਹੜੇ ਲੋਨ ਦੇਣੇ ਹਨ ਉਹਨਾਂ ਨੂੰ ਅਸੀਂ ਬੈਂਕਸ ਨੂੰ ਲਗਾਤਾਰ ਮੈਂ ਆਪਣੇ ਨਿੱਜੀ ਪੱਧਰ 'ਤੇ ਮੀਟਰ ਕਰਦਾ ਰਿਹਾ, ਹਰ ਇੱਕ ਤਕਰੀਬਨ ਬੈਂਕ ਅਦਾਰੇ ਨਾਲ ਮੇਰੀ ਮੀਟਿੰਗ ਔਰ ਉਹਨਾਂ ਤੋਂ ਵੱਧ ਬੱਚੇ ਜਿਨ੍ਹਾਂ ਨੇ ਅਪਲਾਈ ਕੀਤੇ ਨੇ ਉਹਨਾਂ ਦੇ ਲੋਨ ਸੈਂਕਸ਼ਨ ਕਰਵਾਉਣਾ, ਇਹ ਕੰਮ ਸੀ ਬਹੁਤ ਵੱਡਾ ਕੰਮ ਸੀ ਔਰ ਮੈਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਅਸੀਂ ਕਰੀਬ ਕਰੀਬ ਮੈਨੂੰ ਅੰਦਾਜ਼ਾ ਹੈ ਕਿ ਅੱਜ 3500 ਬੱਚਿਆਂ ਦੇ ਲੋਨ ਜਿਹੜੇ ਨੇ ਉਹ ਅਸੀਂ ਤਕਰੀਬਨ ਸੈਂਕਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵ ਇਹ ਕਿ ਅਗਰ ਕਿਸੇ ਬੱਚੇ ਨੇ ਅਪਲਾਈ ਕੀਤਾ, ਮੈਂ ਅੱਜ ਇੱਥੇ ਅਨਾਊਂਸ ਵੀ ਕੀਤਾ ਕਿ ਜੇ ਉਹ ਅਪਲਾਈ ਕਰਦਾ ਹੈ ਔਰ ਉਸ ਤੋਂ ਬਾਅਦ ਉਹਦੇ ਦਸਤਾਵੇਜ਼ ਕੰਪਲੀਟ ਹਨ ਔਰ ਉਹਨੂੰ ਲੋਨ ਨਹੀਂ ਮਿਲ ਰਿਹਾ ਤਾਂ ਉਹ BBE ਦੇ ਵਿੱਚ ਡਿਸਟ੍ਰਿਕਟ ਬਿਊਰੋ ਆਫ ਇੰਪਲਾਇਮੈਂਟ ਐਕਸਚੇਂਜ ਦੇ ਵਿੱਚ ਆ ਕੇ ਆਪਣੀ ਗੱਲ ਵੀ ਰੱਖ ਸਕਦਾ। ਅਸੀਂ ਉਸ ਬੈਂਕ ਨੂੰ ਬੁਲਾ ਕੇ ਫਿਰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦਾ ਲੋਨ ਸੈਂਕਸ਼ਨ ਕਿਉਂ ਨਹੀਂ ਕੀਤਾ। ਭਾਵ ਇਸ ਲਈ ਟਿਕ ਰਿਹਾ ਜੋ ਬੱਚਾ ਸੈਲਫ ਇੰਪਲਾਇਮੈਂਟ ਵਾਸਤੇ ਕੰਮ ਕਰਨਾ ਚਾਹੁੰਦਾ ਉਹਨੂੰ ਲੋਨ ਮਿਲ ਰਿਹਾ।